ਸੋ ਹੈਲੋ ਸਟੂਡੈਂਟਸ, ਆ ਗਏ ਜੀ ਆਪਾਂ ਘਾਤਾਂ ਵਾਲੇ ਲੈਸਨ ਦਾ ਇੱਕ ਹੋਰ ਜਿਹੜਾ ਹੈਗਾ ਤੁਹਾਡੇ ਪਾਸ ਵੀਡੀਓ ਲੈ ਕੇ। ਸੋ ਬਹੁਤ ਸੌਖਾ ਹੋਣ ਜਾ ਰਿਹਾ ਜੀ ਵੀਡੀਓ, ਪਿਛਲੇ ਤੇ ਆਪਾਂ ਇੱਥੇ ਜਾ ਕੇ ਮੁਕਾਇਆ ਸੀਗਾ, ਤਾਂ ਇਹਦਾ ਆਪਾਂ ਮੁੱਲ ਪਤਾ ਕਰਨਾ। ਬਸ ਖਿਆਲ ਰੱਖਿਓ, ਕੀ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ ਬਈ, ਅਗਰ ਆਪਾਂ ਨੇ ਕਿਸੇ ਚੀਜ਼ ਦਾ ਮੁੱਲ ਪਤਾ ਕਰਨਾ ਹੈ ਤਾਂ ਉਹਦੀ ਪਾਵਰ ਕੀ ਹੈ? 3 ਦੀ ਪਾਵਰ -2 ਹੈ। ਤੁਸੀਂ ਕੀ ਕਰਨਾ? 3 ਨੂੰ ਉਲਟਾ ਕਰ ਦੇਣਾ, 3 ਨੂੰ ਉਲਟਾ ਮਾਨੇ 1/3 ਕਰ ਦੇਣਾ, ਪਾਵਰ ਇਹਦੀ ਪਲੱਸ ਵਿੱਚ ਕਰ ਦੇਣੀ। ਸੋ ਠੀਕ ਹੈ ਜੀ, ਅਗਰ ਏ ਦੀ ਪਾਵਰ ਨੈਗੇਟਿਵ ਐਮ ਆਵੇ ਨਾ ਕਿਸੇ ਵੀ ਰਕਮ ਦੀ, ਤਾਂ ਤੁਸੀਂ ਏ ਦਾ 1/A ਕਰਕੇ ਇੱਥੇ ਪੋਜ਼ਿਟਿਵ ਐਮ ਕਰ ਦਿਓ। ਬਸ ਹੁਣ 1/3 ਦੀ ਪਾਵਰ 2, 1/3 × 1/3, 1 × 1 = 3, 3 × 9, ਸੋ 1/9 ਤੁਹਾਡਾ ਆਂਸਰ ਆ ਗਿਆ। ਸੋ ਪਹਿਲਾ ਕੁਸ਼ਚਨ ਹੋ ਗਿਆ ਜੀ, ਕਿੰਨਾ ਈਜ਼ੀ ਕੁਸ਼ਚਨ ਹੈ। ਸੋ 1/2 ਦੀ ਪਾਵਰ -5 ਤੁਸੀਂ ਉਲਟਾ ਕਰ ਲੈਣਾ, 2/1 ਦੀ ਪਾਵਰ +5। ਹੁਣ 2/1 ਦਾ ਮਤਲਬ 2 ਹੀ ਹੈ, 1 ਨੂੰ ਤਾਂ ਜਿੰਨੀ ਵਾਰ ਮਰਜ਼ੀ ਲਿਖ ਲਓ, ਫਰਕ ਹੀ ਨਹੀਂ ਪੈਣਾ। 2 × 4 × 8 × 16 × 32, ਸੋ 32 ਆਂਸਰ ਆ ਗਿਆ ਜੀ ਤੁਹਾਡੇ ਕੋਲ। ਠੀਕ ਹੈ ਜੀ, ਆਰਾਮ ਨਾਲ ਹੋ ਗਿਆ ਜੀ। ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਆਹ 3 ਦੀ ਪਾਵਰ 0, 3 ਕਿਸੇ ਵੀ ਚੀਜ਼ ਦੀ ਪਾਵਰ 0 ਹੋਵੇ ਆਂਸਰ ਕੀ ਹੁੰਦਾ? 1। 4 ਦੀ ਪਾਵਰ -1 ਯਾਨੀ ਕਿ 1/4, ਠੀਕ ਹੈ, ਉਲਟਾ ਕਰਕੇ ਪਾਵਰ ਪਲੱਸ ਕਰ ਦਿਓ ਨਾ, ਠੀਕ ਹੈ, ਗੁਣਾ 2 ਦੀ ਪਾਵਰ 2, 2 ਦੀ ਪਾਵਰ 2 ਕਿੰਨਾ ਹੁੰਦਾ ਹੈ? 2 × 2, ਆਂਸਰ ਕੀ ਆਇਆ? 4। ਸੋ 4 ਨੇ ਅੰਦਰ ਜਾ ਕੇ ਗੁਣਾ ਖਾਣੀ ਹੈ, ਪਹਿਲਾਂ 4 ਨੇ 1 ਨਾਲ ਖਾਣੀ ਹੈ, ਫਿਰ 4 ਨੇ ਇਹਦੇ ਨਾਲ ਗੁਣੀ ਹੈ, ਤੋ ਇਹਦਾ ਮਤਲਬ 4 + 1, 4 + 1 ਜਿਹੜਾ ਹੈਗਾ 5। ਸੋ ਆਂਸਰ ਤੁਹਾਡਾ 5 ਆ ਗਿਆ ਜੀ। ਸੋ ਈਜ਼ੀ ਹੈ ਜੀ, ਕੁਛ ਵੀ ਨਹੀਂ ਹੈਗਾ ਕੁਸ਼ਚਨਸ ਦੇ ਵਿੱਚ, ਠੀਕ ਹੈ। ਸੋ ਅੱਗੇ ਦੇਖੀਏ ਜੀ ਆਪਾਂ। ਸੋ ਇਹ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ ਜੀ, ਪੱਕਾ ਆਉਂਦਾ, ਪੱਕਾ ਪੇਪਰ 'ਚ ਲਾਜ਼ਮੀ ਆਉਣਾ ਹੈ। ਤਾਂ ਪਹਿਲਾਂ ਤਾਂ ਇਹਨੂੰ ਆਪਾਂ ਪੋਜ਼ਿਟਿਵ ਕਰਦੇ ਹਾਂ, 1/2 ਦਾ 2/1 ਉਰੇ +2 ਹੋ ਜਾਏਗਾ, ਠੀਕ ਹੈ, ਫਿਰ ਜੋੜ, 1/3 ਦਾ 3/1 ਉਰੇ +2 ਹੋ ਜਾਏਗਾ, ਫਿਰ ਜੋੜ, 4/1 ਤੁਹਾਡੇ ਕੋਲ ਇੱਥੇ +2 ਹੋ ਜਾਏਗਾ, ਠੀਕ ਹੈ। ਸੋ 2 × 2, 3 × 3, ਠੀਕ ਹੈ, 4 × 4, ਕਿਉਂ ਪਾਵਰ 2 ਹੈ ਤਾਂ 2 ਵਾਰੀ ਗੁਣਾ 2 ਵਾਰੀ ਆਪਸ 'ਚ, ਠੀਕ ਹੈ, 2 × 2 = 4, 3 × 3 = 9, 4 × 4 = 16, 16 × 4 = 20 ਤੇ 9 = 29, ਸੋ 29 ਤੁਹਾਡਾ ਆਂਸਰ ਆ ਗਿਆ। ਸੋ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਜੀ, ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਠੀਕ ਹੈ। ਐਮ ਦੀ ਵੈਲਿਊ ਪਤਾ ਕਰੋ, ਸੋ ਐਮ ਦੀ ਵੈਲਿਊ ਪਤਾ ਕਰੋ, 81 ਦੇ ਟੁਕੜੇ ਬਣਾਓ, ਕਿਉਂਕਿ ਇੱਥੇ ਪਾਵਰ ਬੇਸ ਸੇਮ ਹੋਣਾ ਚਾਹੀਦਾ ਹੈ। 81 ਦੇ ਟੁਕੜੇ ਕਰੋਗੇ ਤਾਂ 27 × 81, 3 × 3 ਕਰੋਗੇ ਤਾਂ 9 × 3 = 27, ਇੱਥੇ 3 × 3 ਕਰੋਗੇ 3 × 3 = 9, ਸੋ ਇਹ ਆ ਗਿਆ। ਤੋ 81 ਦੇ ਟੁਕੜੇ ਆ ਗਏ 3 × 3 × 3 × 3, ਸੋ ਇਹਦਾ ਮਤਲਬ 3 ਦੀ ਪਾਵਰ m ਨੂੰ ਤੁਸੀਂ ਲਿਖ ਸਕਦੇ ਹੋ 3 ਦੀ ਪਾਵਰ 4, ਠੀਕ ਹੈ, 3 ਦੀ ਪਾਵਰ, ਕਿਉਂਕਿ 81 ਸੀ ਨਾ 3 ਦੀ ਪਾਵਰ m ਬਰਾਬਰ, 3 ਦੀ ਪਾਵਰ 4 ਹੋ ਗਿਆ, ਤਾਂ m ਆਪਾਂ ਬਰਾਬਰ ਕਰ ਲੈਣੇ, m ਦੀ ਵੈਲਿਊ 4 ਆ ਜੂਗੀ, ਸੋ m ਦੀ ਵੈਲਿਊ 4 ਆ ਜੂਗੀ। ਸੋ ਤੁਹਾਡਾ ਆਹ ਵਾਲਾ ਕੁਸ਼ਚਨ ਵੀ ਹੋ ਗਿਆ, ਈਜ਼ੀ ਹੈ ਜੀ, ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕਿ ਤੁਹਾਡੇ ਕੋਲ, ਠੀਕ ਹੈ। ਸੋ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ। ਸੋ ਹੁਣ ਆਪਾਂ ਦੇਖੀਏ ਜੀ ਅਗਲਾ ਕੁਸ਼ਚਨ ਤੁਹਾਡੇ ਕੋਲ। ਸੋ ਅਗਲਾ ਕੁਸ਼ਚਨ ਦੇ ਵਿੱਚ ਫਿਰ ਆਧਾਰ ਇੱਕੋ ਜਿਹਾ, ਠੀਕ ਹੈ ਜੀ, ਆਧਾਰ ਇੱਕੋ ਜਿਹਾ, ਤਾਂ ਫਿਰ ਆਪਾਂ ਕੀ ਕਰਨਾ ਹੈਗਾ? ਤੁਹਾਡੇ ਕੋਲ ਘਾਤਾਂ ਜੋੜ ਦੇਣੀ ਹੈ, ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ ਰੂਲ ਤੁਹਾਡੇ ਕੋਲ। ਸੋ ਘਾਤਾਂ ਜੋੜ ਦੇਣੀ ਹੈ, ਤਾਂ ਜੋੜਤੀ ਹੈ m+1+5 ਬਰਾਬਰ ਹੈ -3 ਦੀ ਪਾਵਰ 7। ਹੁਣ ਇਹ ਆ ਗਿਆ -3, ਇਹਦੀ ਪਾਵਰ ਆ ਗਿਆ ਤੁਹਾਡੇ ਕੋਲ m+6, ਠੀਕ ਹੈ, -3, ਇਹਦੀ ਆ ਗਿਆ 7, ਤਾਂ ਆਧਾਰ ਸੇਮ, ਘਾਤਾਂ ਬਰਾਬਰ ਕਰ ਦਿਓ ਹੁਣ ਤੁਸੀਂ। ਸੋ m+6 = 7, m ਦੀ ਵੈਲਿਊ ਹੋ ਗਈ 7 − 6, m = 1, ਸੋ m ਦੀ ਵੈਲਿਊ 1 ਹੋ ਗਈ ਤੁਹਾਡੇ ਕੋਲ। ਸੋ ਮੇਰਾ ਖਿਆਲ ਹੈ ਜੀ ਤੁਹਾਨੂੰ ਆਰਾਮ ਨਾਲ ਕੁਸ਼ਚਨ ਸਮਝ ਆ ਗਿਆ, ਕੋਈ ਦਿੱਕਤ ਵਾਲੀ ਗੱਲ ਨਹੀਂ, ਪਹਿਲਾਂ ਗੁਣਾ ਕਰਨੀ ਹੈ, ਠੀਕ ਹੈ, ਤਾਂ ਜਦੋਂ ਗੁਣਾ ਕੀਤੀ ਤੁਹਾਡੇ ਕੋਲ ਜਿਹੜਾ ਹੈਗਾ ਏ, ਠੀਕ ਹੈ, ਇਹ ਵਾਲੀ ਚੀਜ਼ ਆਪਾਂ ਐਡ ਕਰਤੀ, ਹੁਣ ਉੱਧਰ ਪਾਵਰ ਕੰਪੇਅਰ ਕੀਤੀ ਅਤੇ ਤੁਹਾਡੇ ਕੋਲ ਜਿਹੜਾ ਹੈਗਾ ਏ ਹੋ ਗਿਆ ਤੁਹਾਡੇ ਕੋਲ, ਠੀਕ ਹੈ ਜੀ। ਸੋ ਇੰਨਾ ਹੀ ਕਰ ਲਓ ਜੀ, ਅਗਲੇ ਵੀਡੀਓ 'ਚ ਬਾਕੀ ਚੀਜ਼ ਦੇਖਦੇ ਹਾਂ ਤੁਹਾਡੇ ਕੋਲ, ਇੰਨਾ ਦੇਖ ਲਓ ਬਸ ਸਿਰਫ। ਅਗਰ ਭਾਗ ਕਰਦੇ ਹੋ, ਆਧਾਰ ਸੇਮ ਹੋਵੇ, ਆਧਾਰ ਸਮਾਨ ਹੋਵੇ, ਤਾਂ ਭਾਗ ਕਰਨ 'ਤੇ ਘਾਤਾਂ ਜਿਹੜੀਆਂ ਹੈਗੀਆਂ ਇਹ ਘਟਦੀਆਂ ਹੈਗੀਆਂ ਤੁਹਾਡੇ ਕੋਲ, ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਠੀਕ ਹੋ ਗਿਆ ਜੀ। ਸੋ ਹੁਣ ਮੈਨੂੰ ਜਿਹੜਾ ਹੈਗਾ ਪਾਰਟ 4, ਸੋ ਤੁਹਾਡਾ ਪਾਰਟ 2 ਹੈ ਜੀ ਮੇਰੇ ਖਿਆਲ, ਪਾਰਟ 3 ਮੈਂ ਅਗਲੇ ਦੇ ਵਿੱਚ ਤੁਹਾਨੂੰ ਕੰਸਿਡਰ ਕਰੂੰਗਾ, ਠੀਕ ਹੈ ਜੀ। ਸੋ ਇੰਨਾ ਹੀ ਕੰਸਿਡਰ ਕਰ ਲਓ ਜੀ, ਬਾਕੀ ਅਗਲੇ ਲੈਕਚਰ 'ਚ ਆਪਾਂ ਕੰਸਿਡਰ ਕਰਦੇ ਹਾਂ, ਠੀਕ ਹੈ ਜੀ, ਥੈਂਕ ਯੂ।